ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਪੇਂਡੂ ਕੈਨੇਡੀਅਨ। ਨੈਕਸਟ ਵੀਡੀਓ ਸਾਨੂੰ ਕਾਰ 'ਚ ਹੀ ਦੇਖਣ ਨੂੰ ਮਿਲਣੀ ਆ, ਅਤੇ ਉਹਦਾ ਕਾਰਨ ਹੈਗਾ ਉਬਰ ਈਟਸ ਕਰਦੇ ਹਾਂ, ਨਾਲ ਨਾਲ ਵੀਡੀਓ ਬਣਾ ਲੈਣੇ ਹਨ। ਅਤੇ ਅੱਜ ਦੀ ਵੀਡੀਓ ਹੈਗੀ ਆ ਕੰਮ ਦੀ ਵੀਡੀਓ ਆ, ਇੰਟਰਟੇਨਮੈਂਟ ਦੇ ਨਾਲ ਨਾਲ ਮੇਰੇ ਚੈਨਲ ਦਾ ਇਹੀ ਹੁੰਦਾ ਵੀ ਤੁਹਾਨੂੰ ਕੰਮ ਦੀ ਵੀਡੀਓ ਦੱਸਾਂ ਕੋਈ ਨਾ। ਅੱਜ ਦੀ ਵੀਡੀਓ ਆਪਾਂ ਸਾਰਿਆਂ ਨੇ ਵੈਸੇ ਭਗਤ ਸਿੰਘ ਦੀ ਮੂਵੀ ਦੇਖੀ ਆ ਨਾ, ਭਗਤ ਸਿੰਘ ਨੂੰ ਸਾਰੇ ਹੀਰੋ ਮੰਨਦੇ ਆ, ਪਰ ਕਦੇ ਸੋਚਿਆ ਵੀ ਭਗਤ ਸਿੰਘ ਕਿਹਨਾਂ ਨੂੰ ਪੜ੍ਹਦਾ ਸੀਗਾ, ਕਿਹਨੂੰ ਦੇਖਦਾ ਸੀਗਾ। ਮੈਂ ਵੀ ਤੁਹਾਡੇ ਵਿੱਚ ਹੀ ਹਾਂ ਨਾ, ਮੈਂ ਵੀ ਕਦੇ ਸਰਚ ਮਾਰਨ ਦੀ ਕੋਸ਼ਿਸ਼ ਨਹੀਂ ਕੀਤੀ, ਪਰ ਜਦੋਂ ਕਦੇ ਮੇਰੇ ਇਹ ਮੇਰੀ ਕਿਤਾਬ ਇਹ ਹੱਥ ਲੱਗ ਗਈ ਸੀ, ਬਲਿਦਮੀ ਰਲੀਚ ਉਲਿਆਨੋ ਲੈਨਨ ਉਰਫ ਲੈਨਨ, ਜਦੋਂ ਮੈਂ ਬੁੱਕ ਪੜ੍ਹੀ ਤਾਂ ਮੈਨੂੰ ਲੱਗਿਆ ਵੀ ਭਗਤ ਸਿੰਘ ਨੇ ਜ਼ਿੰਦਗੀ ਜੋ ਕੁਛ ਕੀਤਾ ਨਾ ਇਹਨਾਂ ਨੇ ਕੀਤਾ, ਇਹਨਾਂ ਨੂੰ ਦੇਖ ਦੇਖ ਕੇ ਤਾਂ ਪ੍ਰਭਾਵ ਸੀਗੇ ਭਗਤ ਸਿੰਘ ਨਾ। ਉਹ ਮਿਲਣਾ ਵੀ ਚਾਹੁੰਦੇ ਸੀਗੇ, ਉਹਨਾਂ ਨੇ ਚਿੱਠੀ ਪਾਈ ਸੀ, ਪਰ ਉਹ ਚਲੋ ਨਹੀਂ ਹੋ ਸਕਿਆ, ਕੋਈ ਚੱਕਰ ਨਹੀਂ, ਪਰ ਇਹ ਤਾਂ ਪ੍ਰਭਾਵ ਸੀਗੇ ਹੈ ਨਾ। ਕਿਸੇ ਦੇ ਫੈਨ ਹੋਣਾ, ਆਪਾਂ ਵੀ ਫੈਨ ਹੋਵਾਂਗੇ, ਪਰ ਉਹਦੀ ਸੋਚ ਨੂੰ ਵੀ ਫੋਲੋ ਕਰਿਆ ਕਰੋ ਹੈ ਨਾ। ਭਗਤ ਸਿੰਘ ਦੇ ਫੈਨ ਸਾਰੇ ਆ, ਆਪਾਂ ਸੋਚ ਨਹੀਂ ਆਪਾਂ ਫੋਲੋ ਕਰਦੇ ਵੀ ਕਿ ਬੰਦਾ ਚਾਹੁੰਦਾ ਕੀ ਸੀ ਨਾ। ਮੈਂ ਤੁਹਾਡੇ 'ਚ ਹੀ ਹਾਂ, ਮੈਂ ਕਦੇ ਸਰਚ ਨਹੀਂ ਮਾਰਿਆ ਸੀ ਚੀਗਾ ਵੇਰਾ ਕੌਣ ਆ, ਲੈਨਨ ਕੌਣ ਆ, ਸੈਲਨ ਕੌਣ ਆ, ਵੀ ਇਹ ਚੀਜ਼ਾਂ ਆਪਾਂ ਪੜ੍ਹ, ਮਾਰਕਸ ਬਾਦ ਕਾਰਲ ਮਾਰਕਸ ਕੌਣ ਸੀਗਾ, ਆਪਾਂ ਨੂੰ ਲੋੜ ਨਹੀਂ ਪੈਂਦੀ, ਜੋ ਆਪਾਂ ਆਸੇ ਪਾਸੇ ਦੇਖਦੇ ਹਾਂ ਆਪਾਂ ਉਹੀ ਸਰਚ ਮਾਰਦੇ ਹਾਂ ਨਾ। ਪਰ ਜਾਂ ਸਰਚ ਮਾਰੋਗੇ, ਇਹਨਾਂ ਨੂੰ ਪੜ੍ਹੋਗੇ ਤਾਂ ਆਈਡੀਆਜ਼, ਟ੍ਰਿਕਸ, ਸੰਘਰਸ਼ ਨੂੰ ਕਿਵੇਂ ਕਿਵੇਂ ਜਾਣਾ ਜ਼ਿੰਦਗੀ 'ਚ ਨਾ, ਇਹ ਚੀਜ਼ਾਂ ਤੁਹਾਨੂੰ ਸਿੱਖਣ ਨੂੰ ਮਿਲਣਗੀਆਂ। ਅੱਜ ਲੈਨਨ ਦੀ ਗੱਲ ਕਰਾਂਗੇ ਵੀ ਕੌਣ ਸੀਗਾ ਇਹ, ਸਾਰਾ ਤੁਹਾਨੂੰ ਮੈਂ ਕਹਾਣੀ ਨਹੀਂ ਸੁਣਾਉਣੀ ਇਹਦੀ ਜ਼ਿੰਦਗੀ ਦੀ, ਵੀ ਹਾਂ ਇਹ ਹੈ। ਮੈਂ ਤੁਹਾਨੂੰ ਓਵਰਵਿਊ ਦੇਣਾ ਤਾਂ ਕਿ ਤੁਸੀਂ ਤੁਹਾਨੂੰ ਉਕਸਾਉਣਾ ਕਿਤਾਬ ਪੜ੍ਹਨ ਦਾ ਬਾਰੇ, ਤੁਸੀਂ ਕਿਤਾਬ ਪੜ੍ਹੋ ਜਾ ਕੇ ਨਾ। ਸੋ ਲੈਨਨ ਦਾ ਜਨਮ ਬੋਲਗਾ ਦੇ ਕੰਢੇ 1870 ਦੇ ਵਿੱਚ ਹੋਇਆ ਸੀ, ਚੰਗੇ ਪਰਿਵਾਰ 'ਚ ਹੋਇਆ ਸੀ, ਵਧੀਆ ਕ੍ਰਾਂਤੀਕਾਰੀ ਸਾਰੇ, ਇਹ ਆਪ ਵੀ ਵਧੀਆ ਸੋਚਦਾ, ਜਿੱਦਾਂ ਵੀ ਇਹਦਾ ਭਰਾ ਵੀ ਕ੍ਰਾਂਤੀਕਾਰੀ ਸੀ ਅਲੈਗਜੈਂਡਰ, ਅਤੇ ਵਧੀਆ ਪਰਿਵਾਰ ਸੀਗਾ, ਕੋਈ ਗਰੀਬ ਨਹੀਂ ਸੀਗੇ। ਪਰ ਉਸ ਸਮੇਂ ਜਿਹੜਾ ਜਾਰ ਸੀਗਾ, ਜਾਰ ਕੌਣ ਹੁੰਦੇ ਨੇ, ਜਾਰ ਹੁੰਦੇ ਨੇ ਉਸ ਸਮੇਂ ਜਿਹੜੇ ਪੂੰਜੀਪਤੀ ਲੋਕ ਜਿਵੇਂ ਅੱਜ ਵੱਡੇ ਧਨਾੜ ਲੋਕ, ਉਹ ਧੱਕਾ ਕਰਦੇ ਸੀ ਨਾ। ਅਤੇ ਇਹ ਪ੍ਰਭਾਵ ਸੀਗਾ ਕਾਰਲ ਮਾਰਕਸ ਤੋਂ। ਕਾਰਲ ਮਾਰਕਸ, ਇਹ ਤੋਂ ਜਾਣ ਥੋੜ੍ਹਾ ਕਾਰਲ ਮਾਰਕਸ ਬਾਰੇ ਜਾਣ ਲਓ ਕੌਣ ਸੀਗੇ। ਕਾਰਲ ਮਾਰਕਸ ਜਿੱਦਾਂ ਜਿਹੜੇ ਕਮਿਊਨਿਸਟ, ਜਿਹੜੇ ਕਮਿਊਨਿਜ਼ਮ ਮਾਰਕਸਵਾਦੀ ਜਿਹੜੇ ਉਹਦੇ ਜਨਮਦਾਤਾ, ਪਰ ਇਹ ਲੈਨਨ ਉਹਨਾਂ ਨੂੰ ਇੱਕ ਸਟੈਪ ਅੱਗੇ ਲੈ ਕੇ ਗਏ। ਕਿਉਂ, ਕਿਵੇਂ ਲੈ ਕੇ ਗਏ ਉਹ, ਕਿਉਂਕਿ ਕਾਰਲ ਮਾਰਕਸ ਬ੍ਰਿਟੇਨ ਦੇ ਵਿੱਚ ਜਦੋਂ ਗਰੀਬਾਂ ਨਾਲ ਧੱਕਾ ਹੋ ਰਿਹਾ ਸੀ, ਬਹੁਤ ਜ਼ਿਆਦਾ ਗਰੀਬ ਬੱਚਿਆਂ ਤੋਂ, ਛੋਟੇ ਬੱਚਿਆਂ ਤੋਂ ਕੰਮ ਕਰਾਏ 18-18, 19-19 ਘੰਟੇ, ਤਾਂ ਉਹਨਾਂ ਨੇ ਸੋਚਿਆ ਵੀ ਇੱਦਾਂ ਨਹੀਂ ਧੱਕਾ ਚੱਲਣਾ, ਵੀ ਆਪਾਂ ਨੂੰ ਹਰ ਇੱਕ ਬੰਦੇ ਦੀ, ਕਮਿਊਨਿਸਟ ਦਾ ਮਤਲਬ ਕਮਿਊਨਿਜ਼ਮ ਦਾ ਮਤਲਬ ਕੀ ਹੁੰਦਾ, ਵੀ ਕਮਿਊਨਿਟੀ ਦੀ ਗੱਲ ਸੁਣੀ ਜਾਵੇ ਹਰ ਇੱਕ ਬੰਦੇ ਦੀ, ਇੰਡੀਵਿਜੁਅਲ ਜਿਵੇਂ ਮੈਂ ਆ, ਮੈਂ ਵੀ ਇਹ ਸੋਚਦਾ ਮਾਲਕ ਹੈਗੇ ਹਾਂ, ਮੈਂ ਹੁੰਦਾ ਵੀ ਯਾਰ ਆਪਣੇ ਰਾਜਾ ਰੂਜਾ ਜਿਵੇਂ ਕਹਿੰਦੇ ਮੰਤਰੀ ਸੰਤਰੀ ਹਰੇਕ ਬੱਤੀਆਂ ਲਾਈ ਫਿਰਦੇ ਨੇ, ਕੋਈ ਸੁਣਦਾ ਨਹੀਂ ਕਿਸੇ ਦੀ। ਉਹ ਚਾਹੁੰਦੇ ਸੀ ਵੀ ਇੱਥੇ ਮੰਤਰੀ ਸੰਤਰੀ ਕੋਈ ਨਾ ਹੋਵੇ, ਹਰ ਇੱਕ ਬੰਦਾ ਇੰਡੀਵਿਜੁਅਲ ਜਿਹੜਾ, ਜੋ ਵੀ ਛੋਟੀ ਛੋਟੀ ਜਾਤ ਦਾ ਛੋਟੇ ਛੋਟਾ ਬੰਦਾ, ਉਹਦੀ ਗੱਲ ਸੁਣੀ ਜਾਵੇ, ਉਹਨਾਂ ਦਾ ਮੰਨਣਾ ਇਹ ਸੀਗਾ। ਉਹਨਾਂ ਨੇ ਮਿਲ ਕੇ ਕ੍ਰਾਂਤੀ ਲਿਆਂਦੀ, ਉਹ ਤੋਂ ਪ੍ਰਭਾਵਿਤ ਲੈਨਨ ਹੋਏ ਹਨ। ਚਲੋ ਉਹ ਕਾਰਲ ਮਾਰਕਸ ਬਾਰੇ ਆਪਾਂ ਫਿਰ ਗੱਲ ਕਰਾਂਗੇ, ਅੱਜ ਲੈਨਨ ਦੀ ਗੱਲ ਆ। ਸੋ ਇਹ ਉਹਨਾਂ ਤੋਂ ਪ੍ਰਭਾਵ ਸੀਗੇ। ਚਲੋ ਜੀ, ਬਚਪਨ ਵਿੱਚ ਬੀਤਿਆ ਇਹਨਾਂ ਦੇ ਭਰਾ ਦੀ ਦਾ ਡੈਥ ਕੀਤੀ ਗਈ, ਮਤਲਬ ਕਿ ਉਹਨਾਂ ਨੂੰ ਮਾਰਿਆ ਗਿਆ, ਉਹ ਤੋਂ ਫਿਰ ਉਹ ਤੋਂ ਬਾਅਦ ਇਹਨਾਂ ਨੇ ਕ੍ਰਾਂਤੀ ਮਤਲਬ ਕਿ ਕਰਨ ਬਾਰੇ ਸੋਚਿਆ ਹਨਾ। ਇਹਨਾਂ ਦੇ ਪਿਤਾ ਦੀ ਵੀ ਮੌਤ ਹੋਈ, ਪਰ ਪਿਤਾ ਦੀ ਮੌਤ ਬਿਮਾਰੀ ਨਾਲ ਹੋਈ ਸੀ, ਹਾਰਟ ਅਟੈਕ ਹੋਇਆ ਸੀ, ਆਈ ਥਿੰਕ ਕਮਰ 'ਚ ਡਿੱਗ ਪਏ ਸੀ। ਇਹ ਬੁੱਕ 200 ਪੰਨੇ ਦੀ ਆ ਜਿਹੜਾ ਮੈਂ ਬੋਲ ਰਿਹਾ ਹਾਂ, ਇਹਦੇ 'ਚੋਂ ਮੇਰੇ ਕੋਲ ਛੋਟੀ ਬੁੱਕਸ ਆ, ਹੋਰ ਬਥੇਰੀਆਂ ਬੁੱਕਸ ਨੇ ਹਨਾ, ਅਤੇ ਬਾਕੀ ਇੰਟਰਨੈਟ ਸੋਰਸ ਮੈਂ ਯੂਟਿਊਬ ਤੋਂ ਵੀਡੀਓ ਦੇਖੀਆਂ ਅਤੇ ਇੰਟਰਨੈਟ 'ਤੇ ਪੜ੍ਹਿਆ ਕਾਫੀ ਤੁਹਾਡੇ ਬਾਰੇ ਤੁਹਾਨੂੰ ਦੱਸਣ ਲਈ। ਅਤੇ ਉਹ ਤੋਂ ਬਾਅਦ ਇਹਨਾਂ ਨੇ ਸੋਚਿਆ ਵੀ ਆਪਾਂ ਕ੍ਰਾਂਤੀ ਲੈ ਕੇ ਆਵਾਂਗੇ, ਆਪਾਂ ਰਲ ਮਿਲ ਕੇ ਸਾਰੇ ਜਿਹੜੇ ਹੈਗੇ ਨੇ ਜਾਰ ਨੂੰ ਕੱਢਾਂਗੇ ਇੱਥੋਂ, ਜਾਰ ਮਤਲਬ ਵੱਡੇ ਲੋਕ ਜਿਹੜੇ ਧੱਕਾ ਕਰਦੇ ਸੀ। ਅਤੇ ਇਹਨਾਂ ਨੇ ਫਿਰ ਕੰਮ ਸ਼ੁਰੂ ਕੀਤਾ ਆਪਦਾ, ਕਿੱਦਾਂ ਉਹ ਤੋਂ ਬਾਅਦ ਇਹਨਾਂ ਨੇ ਆਪਦੀ ਆਪਣੀ ਆਪਦੀ ਖੁਦ ਦੀ ਜਿੱਦਾਂ ਇੱਕ ਮਤਲਬ ਆਪਦੀ ਕੀ ਕਹਿ ਸਕਦੇ ਹਾਂ ਆਪਾਂ, ਪਾਰਟੀ ਬਣਾਈ, ਜਿਵੇਂ ਗਦਰ ਪਾਰਟੀ ਹੋਈ ਹੈ ਨਾ, ਗਦਰ ਪਾਰਟੀ ਅਖਬਾਰ ਵੰਡੇ। ਜਦੋਂ ਮੈਂ ਗਦਰੀ ਬਾਬਿਆਂ ਬਾਰੇ ਪੜ੍ਹਿਆ ਹੋਣਾ, ਗਦਰੀ ਬਾਬਿਆਂ ਬਾਰੇ ਆਪਾਂ ਨੂੰ ਪਤਾ ਨਹੀਂ ਹੋਣਾ, ਕਿਉਂਕਿ ਪੜ੍ਹਦੇ ਨਹੀਂ ਹੈਗੇ ਆਪਾਂ। ਜਦੋਂ ਆਪਾਂ ਗਦਰੀ ਬਾਬੇ ਪੜ੍ਹਦੇ ਹਾਂ, ਭਗਤ ਸਿੰਘ ਨੂੰ ਦੇਖਦੇ ਹਾਂ, ਤਾਂ ਲੱਗਦਾ ਵੀ ਇਹਨਾਂ ਤੋਂ ਉਹ ਆਈਡੀਆ ਇੱਥੋਂ ਗਏ ਸੀ ਨਾ। ਅੱਜ ਵੀ ਆਪਾਂ ਕਿਸਾਨੀ ਸੰਘਰਸ਼ ਲੜ ਰਹੇ ਹਾਂ, ਜੇ ਸਾਰਿਆਂ ਨੇ ਇਹਨਾਂ ਨੂੰ ਪੜ੍ਹਿਆ ਹੋਵੇ ਤਾਂ ਮੇਰੇ ਖਿਆਲ 'ਚ ਅੱਜ ਥੋੜ੍ਹਾ ਜਿਹਾ ਮੁੱਖ ਹੋਰ ਸਾਰਾ ਜਿਹੜਾ ਰੂਪ ਹੋਵੇ ਕਿਸਾਨੀ ਸੰਘਰਸ਼ ਦਾ ਹੋਰ ਹੋ ਸਕਦਾ ਸੀ ਵਧੀਆ, ਕਿਉਂਕਿ ਪਲੈਨਿੰਗ ਨਾਲ ਚੱਲਿਆ ਜਾ ਸਕਦਾ ਸੀ ਨਾ। ਗਦਰੀ ਬਾਬਿਆਂ ਨੇ ਵੀ ਬਾਹਰੋਂ ਰਹਿ ਕੇ ਅਖਬਾਰ ਵੰਡੇ ਸੀ, ਲੈਨਨ ਨੇ ਵੀ ਬਾਹਰੋਂ ਜਾ ਕੇ ਅਖਬਾਰ ਛਾਪੇ ਸੀ ਆਪਦੇ। ਸੋ ਤੁਹਾਨੂੰ ਉਹ 'ਤੇ ਵੀ ਆਉਂਦੇ ਹਾਂ। ਸੋ ਲੈਨਨ ਨੇ ਆਪਦੀ ਪਾਰਟੀ ਬਣਾਈ, ਪਾਰਟੀ ਬਣਾ ਕੇ ਲੋਕਾਂ ਨੂੰ ਇਕੱਠੇ ਕੀਤਾ, ਜਿਹੜਾ ਕਾਰਲ ਮਾਰਕਸ ਉਹਨਾਂ ਨੇ ਲੋਕਾਂ ਨੂੰ ਇਕੱਠੇ ਕੀਤਾ ਸੀ, ਪਰ ਉਹਨਾਂ ਨੇ ਪਾਰਟੀ ਨਹੀਂ ਬਣਾਈ ਸੀ। ਇਹਨਾਂ ਨੇ ਕਿਹਾ ਸੀ ਵੀ ਇੱਕ ਪਾਰਟੀ ਹੋਣੀ ਚਾਹੀਦੀ ਹੈ, ਪਾਰਟੀ ਨਾਲ ਜੁੜ ਕੇ ਰਹਿਣਾ ਚਾਹੀਦਾ, ਫਿਰ ਆਪਾਂ ਸ਼ਾਇਦ ਚੰਗੇ ਤਰੀਕੇ ਨਾਲ ਕਰ ਸਕਦੇ ਹਾਂ। ਸੋ ਇਹਨਾਂ ਨੇ ਪਾਰਟੀ ਬਣਾਈ, ਜਦੋਂ ਇਹਨਾਂ ਦੇ ਭਰਾ ਦੀ ਡੈਥ ਹੋ ਗਈ ਤੋਂ ਬਾਅਦ ਇਹਨਾਂ ਨੇ ਸੋਚਿਆ ਵੀ ਹੁਣ ਮੈਂ ਹਟਦਾ ਨਹੀਂ ਪਿੱਛੇ, ਮੈਂ ਇੱਕ ਪਾਸਾ ਕਰੂੰਗਾ ਨਹੀਂ। ਲੈਨਨ ਆਪਦੇ ਸਾਰਿਆਂ ਦੀ ਜ਼ਿੰਦਗੀ ਵਧੀਆ ਹੁੰਦੀ ਹੈ ਨਾ, ਸਾਰੇ ਚੰਗੇ ਹੁੰਦੇ ਨੇ, ਪਰ ਜਦੋਂ ਕਿਤੇ ਬੰਦੇ ਦੀ ਜ਼ਿੰਦਗੀ ਦੇ ਵਿੱਚ ਕੁਛ ਨਾ ਹੁੰਦਾ ਤਾਂ ਭਗਤ ਸਿੰਘ ਬਣਦਾ, ਕੁਛ ਨਾ ਕੁਛ ਹਾਦਸੇ ਹੁੰਦੇ ਨੇ ਤਾਂ ਉਹ ਲੈਨਨ ਬਣਦਾ ਹੈ ਨਾ, ਹਰ ਇੱਕ ਬੰਦੇ ਦੀ।
ਚਲੋ ਜੀ ਉਹ ਤੋਂ ਬਾਅਦ ਇਹਨਾਂ ਨੇ ਪਾਰਟੀ ਬਣਾਈ ਆਪਦੀ ਅਤੇ ਸੰਘਰਸ਼ ਲੜੇ ਅਤੇ ਬਾਹਰ ਰਹਿ ਕੇ ਹੈ ਨਾ ਕਿਉਂਕਿ ਸਰਕਾਰ ਦੀ ਨਿਗਾਹ 'ਚ ਆ ਗਏ ਸੀ ਇਹਨਾਂ ਨੇ ਬਾਹਰੋਂ ਕਿੱਦਾਂ ਅਖਬਾਰ ਕਿੱਥੇ ਜਾ ਕੇ ਇਹਨਾਂ ਨੇ ਕਾਰਖਾਨਾ ਲੱਭਿਆ ਕਿਵੇਂ ਬੰਦਾ ਹਾਇਰ ਕੀਤਾ ਕਿਵੇਂ ਉਹ ਅਖਬਾਰ ਵੰਡੇ ਗਏ ਪਹਿਲੀ ਵਾਰ ਕਿਵੇਂ ਉਹ ਸਮੁੰਦਰ ਦੇ ਕਿਨਾਰੇ ਸਮੁੰਦਰ ਦੇ ਰਸਤੇ ਰਾਹੀਂ ਰੂਸ 'ਚ ਪਹੁੰਚੇ ਉੱਥੇ ਜਾ ਕੇ ਉਹਨਾਂ ਨੇ ਅਖਬਾਰ ਇਕੱਲੇ ਇਕੱਲੇ ਸਰਕਾਰ ਤੋਂ ਲੁਕੋ ਕੇ ਕਿੱਦਾਂ ਹੈ ਨਾ ਲੋਕਾਂ 'ਚ ਵੰਡੇ ਉਹ ਬਹੁਤ ਦਿਲਚਸਪ ਗੱਲਾਂ ਨੇ ਪੜ੍ਹਨ ਨੂੰ ਮਿਲਣਗੀਆਂ ਜੇਲ੍ਹ 'ਚ ਵੀ ਗਏ ਸੀ ਜੇਲ੍ਹ 'ਚ ਫਿਰ ਦੀ ਭੈਣ ਇਹਨਾਂ ਨੂੰ ਮਿਲਣ ਆਈ ਸੀ ਕਿੱਦਾਂ ਉਹਨਾਂ ਨੂੰ ਇਹਨਾਂ ਨੇ ਮੋਮ ਨਾਲ ਹੈ ਨਾ ਹਾਈਡ ਮੈਸੇਜ ਬਹੁਤ ਚੀਜ਼ਾਂ ਸਿੱਖਣ ਨੂੰ ਮਿਲਣਗੀਆਂ ਅਤੇ ਤੁਸੀਂ ਪੜ੍ਹ ਕੇ ਪਤਾ ਲੱਗੂ ਮੈਂ ਉਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਕੀ ਕੁਛ ਹੋਇਆ ਸੀ ਚਲੋ ਜੀ ਅਤੇ ਉਹ ਤੋਂ ਬਾਅਦ ਇਹਨਾਂ ਨੇ ਰਲ ਮਿਲ ਕੇ ਆਪਦਾ ਜਿੱਦਾਂ 95% ਲੋਕ ਇਹਨਾਂ ਨਾਲ ਹੈਗੇ ਜਿਹੜੇ ਕਾਮੇ ਸੀਗੇ ਮਜ਼ਦੂਰ ਸੀਗੇ ਏਕਾ ਸੀ ਨਾ ਉਹਨਾਂ ਨਾਲ ਮਿਲ ਕੇ ਇਹਨਾਂ ਨੇ ਸੰਘਰਸ਼ ਲੜੇ ਸ਼ਾਂਤਮਈ ਤਰੀਕੇ ਨਾਲ ਜਦੋਂ ਪਾਰਟੀ ਬਣਾਈ ਉਦੋਂ ਵੀ ਜਿਵੇਂ ਆਪਣੇ ਗਰਮ ਅਤੇ ਨਰਮ ਦਲ ਸੀ ਉਦੋਂ ਇਹਨਾਂ ਦੇ ਵਿੱਚ ਵੀ ਬਜ਼ੁਰਗ ਅਤੇ ਨੌਜਵਾਨ ਉਹ ਵੀ ਇਹਨਾਂ 'ਚ ਆਪਸ 'ਚ ਅਣਬਣ ਹੋ ਗਈ ਉਹ ਜਿਹੜੇ ਬਜ਼ੁਰਗ ਕਹਿੰਦੇ ਸੀ ਵੀ ਸ਼ਾਂਤੀਮਈ ਤਰੀਕੇ ਨਾਲ ਆਪਾਂ ਲੈ ਕੇ ਆਵਾਂਗੇ ਸੰਘਰਸ਼ ਇਹ ਕਹਿੰਦਾ ਵੀ ਨਹੀਂ ਸ਼ਾਂਤ ਛੂਤਮਈ ਨਾਲ ਕੁਛ ਨਹੀਂ ਆਉਣਾ ਧੱਕਾ ਕਰੋਗੇ ਉਹ ਫੇਰ ਹੀ ਆਊਗਾ ਜਿਹੜਾ ਆਉਂਦਾ ਚੱਕ ਦੋ ਫੱਟੇ ਬੈਂਕ ਲੁੱਟੋ ਜਿਹੜਾ ਮੂਹਰੇ ਮਾਰਨਾ ਮਾਰੋ ਇੱਦਾਂ ਨਹੀਂ ਕੁਛ ਹੋਣਾ ਪਿਆਰ ਨਾਲ ਉਹਦਾ ਕਾਰਨ ਸੀਗਾ ਬਲੱਡੀ ਸੰਡੇ ਬਲੱਡੀ ਸੰਡੇ ਮਤਲਬ 1905 ਦੇ ਵਿੱਚ ਹੋਇਆ ਜੇ ਮੈਂ ਗਲਤ ਨਾ ਹੋਵਾਂ ਅਤੇ ਜਿੱਦਾਂ ਆਪਣੇ ਜਲ੍ਹਾਂ ਵਾਲਾ ਬਾਗ ਹੋਇਆ ਸੀ ਨਾ ਇੱਦਾਂ ਹੀ ਬਲੱਡੀ ਸੰਡੇ ਹੋਇਆ ਸੀ ਰੂਸ ਦੇ ਵਿੱਚ ਉਹ ਕਿੱਦਾਂ ਵੀ ਸ਼ਾਂਤਮਈ ਲੋਕ ਜਾ ਰਹੇ ਸੀ ਲੋਕਾਂ ਉਹਨੇ ਯਾਰ ਲੋਕਾਂ ਨੇ ਗੋਲੀਆਂ ਮਰਵਾਈਆਂ ਨਾ ਬੰਦੇ ਮਰਵਾਏ ਅਤੇ ਉਹ ਤੋਂ ਬਾਅਦ ਫਿਰ ਇਹ ਕਹਿੰਦਾ ਵੀ ਇੱਦਾਂ ਨਹੀਂ ਸਰ ਨਾ ਇੱਕ ਪਾਸਾ ਕਰਨਾ ਪੈਣਾ ਹੈ ਨਾ ਚਲੋ ਜੀ ਉਹ ਉਹ ਤੋਂ ਬਾਅਦ ਸਟੈਲਨ ਵੀ ਆ ਗਏ ਸੀ ਸਟੈਲਨ ਇਹਨਾਂ ਤੋਂ ਬਾਅਦ ਹੋਏ ਨੇ ਨਾ ਉਹ ਵੀ ਇਹਨਾਂ ਦੇ ਨਾਲ ਰਲੇ ਸੀ ਅਤੇ ਇਹਨਾਂ ਨੇ ਆਪਦੇ ਅਖਬਾਰ ਵੰਡੇ ਸਪਾਰਕ ਨਾਂ ਦਾ ਅਖਬਾਰ ਸੀਗਾ ਅਤੇ ਵਟਸ ਟੂ ਬੀ ਡਨ ਇੱਕ ਪੈਂਪਲੇਟ ਬਣਦੇ ਸੀ ਜਿੱਥੇ ਲਿਖਦੇ ਆਪਦੇ ਖੁਦ ਦੇ ਮਤਲਬ ਕਿ ਜੋ ਇਹਨਾਂ ਦਾ ਹੁੰਦਾ ਸੀ ਜਿਹੜੇ ਵਟਸ ਟੂ ਬੀ ਡਨ 'ਚ ਕੀ ਹੁੰਦਾ ਸੀ ਜੋ ਇਹਨਾਂ ਦੀ ਪਲੈਨਿੰਗ ਹੁੰਦੀ ਸੀ ਜੋ ਇਹਨਾਂ ਦੇ ਅੱਗੇ ਦੀਆਂ ਕਾਰਵਾਈਆਂ ਸੀ ਉਹਦੇ ਵਿੱਚ ਲਿਖਿਆ ਹੁੰਦਾ ਸੀ ਅਤੇ ਉਹ ਪੈਂਪਲੇਟਸ ਕੌਣ ਬਣਦਾ ਸੀ ਇਹਨਾਂ ਦੀ ਵਾਈਫ ਕਿਉਂਕਿ ਇਹਨਾਂ ਨੂੰ ਤਾਂ ਬਾਹਰ ਕੱਢ ਦਿੱਤਾ ਸੀ ਇਹ ਚਲੇ ਗਏ ਸੀ ਅਤੇ ਇਹ ਬਾਹਰੋਂ ਕੰਮ ਕਰਦੇ ਸੀ ਨਾ ਅਤੇ ਇਹਨਾਂ ਦੀ ਵਾਈਫ ਦਾ ਬਹੁਤ ਵੱਡਾ ਰੋਲ ਆ ਇਹ ਕਿਤਾਬ ਦੇ ਵਿੱਚ ਤੁਸੀਂ ਨਾਂ ਬੜੇ ਵੱਡੇ 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 ਪੜ੍ਹੋਗੇ ਨਾਂ ਤੁਸੀਂ ਸ਼ੋਰਟ ਰੱਖ ਲਿਓ ਹੈ ਨਾ ਜੇ ਮੈਰੀ ਰੱਖ ਲਿਓ ਲੈਨਨ ਦਾ ਜਿਵੇਂ ਵਲਾਦੀਮੀਰ ਇਲੀਚ ਉਲਿਆਨੋਵ ਬੜੇ ਬੜੇ ਔਖੇ ਨਾਂ ਨੇ ਹੈ ਨਾ ਕਿਤਾਬ ਦੇ ਵਿੱਚ ਕਿਉਂਕਿ ਰਸ਼ੀਅਨ ਨੇਮ ਨੇ ਸੋ ਛੋਟੇ ਛੋਟੇ ਨਾਂ ਰੱਖ ਲਿਓ ਤੁਹਾਨੂੰ ਪੜ੍ਹਨ 'ਚ ਆਸਾਨੀ ਹੋਊਗੀ ਇਹਨਾਂ ਦੀ ਵਾਈਫ ਦਾ ਬਹੁਤ ਵੱਡਾ ਰੋਲ ਆ ਉਹਨਾਂ ਨੇ ਬਹੁਤ ਸਾਥ ਦਿੱਤਾ ਬਾਹਰੋਂ ਲੈ ਕੇ ਉਹ ਵੀ ਕ੍ਰਾਂਤੀਕਾਰੀ ਸੀਗੀ ਅਤੇ ਉਹਨੇ ਅਖਬਾਰ ਵੰਡੇ ਕਿੱਦਾਂ ਲੋਕਾਂ ਤੱਕ ਪਹੁੰਚਾਏ ਹੈ ਨਾ ਕਾਰਖਾਨੇ ਤੱਕ ਸਰਕਾਰ ਤੋਂ ਲੁਕੋ ਕੇ ਵਲਾਦੀਮੀਰ ਉਲਿਆਨੋਵ ਸਾਹਿਬ ਨੇ ਕਿੰਨੇ ਕੁ ਭੇਸ਼ ਬਦਲੇ ਹੈ ਨਾ ਕਿਵੇਂ ਲੋਕਾਂ ਤੋਂ ਬਚ ਬਚ ਨਿਕਲਦਾ ਸੀ ਕਿੱਦਾਂ ਇਹਨਾਂ ਨੇ ਆਪਦੇ ਪਹਿਰਾਵੇ ਬਦਲੇ ਅਤੇ ਪੁਲਿਸ ਦੇ ਹੱਥ ਨਹੀਂ ਆਇਆ ਅਤੇ ਇਹ ਚੀਜ਼ਾਂ ਹਨ ਇਹ ਤੁਹਾਨੂੰ ਬੁੱਕ ਪੜ੍ਹ ਕੇ ਪਤਾ ਲੱਗਣਗੀਆਂ ਅਤੇ ਉਹ ਤੋਂ ਬਾਅਦ ਬਲੱਡੀ ਸੰਡੇ ਤੋਂ ਬਾਅਦ ਫਿਰ ਇਹਨਾਂ ਨੇ ਜਿੱਦਾਂ ਰਲ ਮਿਲ ਕੇ ਕਰਦੇ ਰਹੇ ਹੌਲੀ ਹੌਲੀ 10-12 ਸਾਲ ਇੱਦਾਂ ਮਤਲਬ ਕਿ ਲੰਮਾ ਚੱਲਿਆ ਸੰਘਰਸ਼ ਹੈ ਨਾ ਅਤੇ ਉਹ ਤੋਂ ਬਾਅਦ ਐਂਡ ਆਫ ਦਾ ਡੇ 1917 ਫਰਵਰੀ ਰੂਸ ਦੀ ਕ੍ਰਾਂਤੀ ਜਿਹੜੀ ਆਪਾਂ ਸੁਣਿਆ ਫਰਵਰੀ ਤੋਂ ਚੱਲ ਕੇ ਫਿਰ 1 ਅਕਤੂਬਰ ਦੇ ਵਿੱਚ ਫਿਰ ਚੱਕ ਦੇ ਫੱਟੇ ਸਾਰਿਆਂ ਨੇ ਰਲ ਕੇ ਫਿਰ ਮਤਲਬ ਕਿ ਜਿਹੜੇ ਉੱਥੋਂ ਦੇ ਜਾਰ ਸੀ ਉਹਨਾਂ ਨੂੰ ਮਾਰ ਮੁਕਾਇਆ ਉੱਥੋਂ ਕੱਢ ਕੇ ਮਾਰਿਆ ਅਤੇ ਉਹ ਕਿਵੇਂ ਗਏ ਕਿਵੇਂ ਪਹੁੰਚੇ ਉੱਥੋਂ ਕਿਵੇਂ ਇਹਨਾਂ ਦਾ ਫਿਰ ਫਰਵਰੀ ਤੋਂ ਅਕਤੂਬਰ ਦਾ ਸੰਘਰਸ਼ ਚੱਲਿਆ ਉਹ ਸਾਨੂੰ ਬੁੱਕ ਪੜ੍ਹ ਕੇ ਪਤਾ ਲੱਗਣਾ ਪਰ ਕ੍ਰਾਂਤੀ ਆ ਗਈ ਅਤੇ ਬੰਦੇ ਨੇ ਜਿਉਂਦੇ ਜੀ ਰਸ਼ੀਆ ਬਣਦਾ ਦੇਖਿਆ ਆਪਦਾ ਰੂਸ ਅਤੇ ਆਜ਼ਾਦ ਹੁੰਦਾ ਦੇਖਿਆ ਅਤੇ ਇਹ ਬਾਹਰ ਸੀਗੇ ਜਦੋਂ ਫਿਰ ਉਹ ਤੋਂ ਬਾਅਦ ਇਹਨਾਂ ਦੀ ਸਪੀਚ ਤੁਹਾਨੂੰ ਯੂਟਿਊਬ 'ਤੇ ਵੀ ਦੇਖਣ ਨੂੰ ਮਿਲਜੂ ਸੋ ਮੇਰਾ ਅੱਜ ਮਕਸਦ ਇਹੀ ਸੀਗਾ ਵੀ ਤੁਹਾਨੂੰ ਇਸ ਬੰਦੇ ਬਾਰੇ ਦੱਸਿਆ ਜਾਵੇ ਕਿ ਕਿੱਦਾਂ ਇੱਕ ਬੰਦੇ ਨੇ ਮਿਲ ਕੇ ਲੋਕਾਂ ਨਾਲ ਇਕੱਠ ਕਰਕੇ ਪਲੈਨਿੰਗ ਦੇ ਨਾਲ ਚੱਲ ਕੇ ਕਿਉਂਕਿ ਜਿਹੜਾ ਸੰਘਰਸ਼ ਹੁੰਦਾ ਨਾ ਸੰਘਰਸ਼ ਜੇ ਉਹ ਪਲੈਨਿੰਗ ਨਾਲ ਚੱਲੇ ਜਾਵੇ ਤਾਂ ਬਹੁਤ ਸਹੀ ਜਾਂਦਾ ਪਰ ਬਿਨਾਂ ਪਲੈਨਿੰਗ ਤੋਂ ਸੰਘਰਸ਼ ਵੀ ਇੱਕ ਕੁਦੇ ਤੁੱਕ ਨਹੀਂ ਬਣਦੀ ਹੈ ਨਾ ਬਿਨਾਂ ਪਲੈਨਿੰਗ ਤੋਂ ਉਹ ਇੱਕ ਬਹੁਤ ਖਤਰਨਾਕ ਬਣ ਜਾਂਦਾ ਕੋਈ ਦਮ ਨਹੀਂ ਰਹਿੰਦਾ ਸੋ ਇਹ ਬੰਦੇ ਨੇ ਬੈਂਕ ਬੁੰਕ ਵੀ ਲੁੱਟਿਆ ਕਈ ਥਾਂ 'ਤੇ ਆਲੋਚਨਾ ਵੀ ਹੁੰਦੀ ਹੈ ਨਾ ਇਹਦੀ ਚਲੋ ਪਰ ਐਂਡ ਆਫ ਦਾ ਡੇ ਇਹਨੇ ਲੋਕਾਂ ਗਰੀਬਾਂ ਦੇ ਨਾਲ ਮਿਲ ਕੇ ਜਾਂ ਕਾਰਖਾਨੇ ਲੋਕਾਂ ਦੀ ਮਿਲ ਕੇ ਉਹਨਾਂ ਨੂੰ ਲੋਕਾਂ ਨੂੰ ਕੱਢ ਦਿੱਤਾ ਗਿਆ ਠੀਕ ਆ ਜਦੋਂ ਸਰਕਾਰ ਬਣ ਗਈ ਉਹ ਤੋਂ ਬਾਅਦ ਸਟੈਲਨ ਦੇ ਹੱਥ 'ਚ ਆ ਗਿਆ ਸਟੈਲਨ ਨੇ ਉਹ ਗੰਦ ਪਾਇਆ ਉਹ ਬੰਦਾ ਹੈਗਾ ਸੀ ਤਾਨਾ ਸ਼ਾਹ ਉਹਦੇ 'ਚ ਉਹਦਾ ਵੀ ਕਸੂਰ ਨਹੀਂ ਸੀ ਉਹ ਚਲੋ ਉਹਦਾ ਟੋਪਿਕ ਹੀ ਬਾਅਦ 'ਚ ਉਹਦੇ ਬਚਪਨ ਜੋ ਕੁਛ ਹੋਇਆ ਉਹਦੇ ਨਾਲ ਉਦੋਂ ਦਾ ਉਹ ਮੈਂਟਲ ਬਣਿਆ ਹੈ ਨਾ ਚਲੋ ਜੀ ਸੋ ਲੈਨਨ ਸਾਹਿਬ ਤੋਂ ਪ੍ਰਭਾਵ ਸੀਗੇ ਭਗਤ ਸਿੰਘ ਟੋਟਲੀ ਕਿਉਂ ਕਿਉਂਕਿ ਇਹਨਾਂ ਨੇ ਜ਼ਿੰਦਗੀ 'ਚ ਇਕੱਲੇ ਬੰਦੇ ਨੇ ਮਿਲ ਕੇ ਹੈ ਨਾ ਆਸੇ ਪਾਸੇ ਲੋਕਾਂ ਨੂੰ ਮਿਲ ਕੇ ਕ੍ਰਾਂਤੀ ਲਿਆਂਦੀ ਰਸ਼ੀਆ ਬਣਾਇਆ ਹੈ ਨਾ ਕੋਈ ਛੋਟੀ ਗੱਲ ਨਹੀਂ ਹੁੰਦੀ ਉਹ 'ਤੇ ਪ੍ਰਭਾਵਿਤ ਹੋ ਕੇ ਭਗਤ ਸਿੰਘ ਫਿਲਮਾਂ 'ਚ ਦੇਖਦੇ ਹਾਂ ਆਪਾਂ ਆਪਸ 'ਚ ਗੱਲ ਕਰਦੇ ਸੀ ਵੀ ਕੀ ਸਾਡੇ 'ਚ ਵੀ ਰੂ ਸਾਡੇ ਦੇਸ਼ 'ਚ ਵੀ ਰੂਸ ਮੰਗੂ ਹੋ ਜੂਗਾ ਗਦਰੀ ਬਾਬਿਆਂ ਦਾ ਵੀ ਇਹੀ ਸੁਪਨਾ ਸੀਗਾ ਸੋ ਇਹ ਚੀਜ਼ਾਂ ਆਪਣੇ ਦਿਮਾਗ 'ਚ ਨਹੀਂ ਆਉਂਦੀਆਂ ਆਪਾਂ ਸਰਚ ਨਹੀਂ ਮਾਰਦੇ ਅਤੇ ਉਹ ਤੋਂ ਬਾਅਦ ਜਦੋਂ ਇਹਨਾਂ ਦੀ ਡੈਥ ਹੋਈ ਡੈਥ ਇਹਨਾਂ ਦੀ ਅਧਰੰਗ ਨਾਲ ਹੋਈ ਸੀ ਅਤੇ ਹੌਲੀ 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 ਇਹਨਾਂ ਦੀ ਮੌਮ ਦੀ ਵੀ ਡੈਥ ਹੋਈ ਇਹਨਾਂ ਦੇ ਬਾ ਮਤਲਬ ਕਿ ਜ਼ਿੰਦਗੀ ਦੇ ਵਿੱਚ ਇਹਨੇ ਮੌਤਾਂ ਦਾ ਸਾਹਮਣਾ ਬਹੁਤ ਕਰਨਾ ਪਿਆ ਇਹਨਾਂ ਨੂੰ ਅਤੇ ਉਹ ਤੋਂ ਬਾਅਦ ਜਦੋਂ ਇਹਨਾਂ ਦੀ ਡੈਥ ਹੋ ਗਈ ਇਹਨਾਂ ਦੇ ਇਹਨਾਂ ਨੂੰ ਮਤਲਬ ਕਿ ਦੱਬਿਆ ਨਹੀਂ ਗਿਆ ਜਾਂ ਜਲਾਇਆ ਨਹੀਂ ਗਿਆ ਅਤੇ ਇਹਨਾਂ ਨੂੰ ਹਜੇ ਤੱਕ ਵੀ ਸਾਂਭ ਕੇ ਰੱਖਿਆ ਤੁਸੀਂ ਯੂਟਿਊਬ 'ਤੇ ਵੀਡੀਓ ਦੇਖ ਸਕਦੇ ਹੋ ਯੂਟਿਊਬ 'ਤੇ ਵੀਡੀਓ ਪਈ
माफ करो। सो उत्थे बॉडी जिद्दां इन्हां नूं सांभ के रखना चाहुंदे सी आउण वालीआं पुश्तां लई, है ना। ते तुसीं देख सकदे हो ओ मम्मी नहीं हैगी, मम्मी मतलब वह नहीं हैगी जिहड़ी जल मतलब के, क्योंकि जिहनां दी बॉडी रखा गया तो गलन लग गई सी। फिर दो बंदां दी ड्यूटी लगी सी, किद्दां उन्होंने मेकअप करके इहदे अंदर ऑर्गन कढ के मसाले मसूले ला के जां मेकअप करके पूरा भी उस हिसाब नाल रख्या होया हड़े भी, पर उहदा जिहड़ा कैमिकल नाल सांभ के रखी, कहण तों भाव कैमिकल ला के उहनूं प्रोपर सांभिया गया। अज भी तुसीं देख सकदे हो, तुसीं वीडियो भी देख सकदे हो लैनन नूं आउण वाले लोकां पुछत तक सांभिया गया। ते हुण इही आ मुद्दा मेरा हैगा सी, बस इही आ भी तुसीं इह वीडियो बहुत घट देखोगे। आए आपां एंड दे गल करने आ, ਆਪਾਂ ਨੂੰ ਕੀ ਲੋੜ ਆ ਜਾਂ ਲੈਣਾ ਬਾਰੇ ਸੁਣਨ ਦੀ, ਆਪਾਂ ਨੂੰ ਕੀ ਲੋੜ ਆ ਭਗਤ ਸਿੰਘ ਬਾਰੇ ਜਾਣਨ ਦੀ, ਆਪਾਂ ਨੂੰ ਕੀ ਲੋੜ ਆ, ਹੈ ਨਾ। ਪਰ ਮੇਰੇ ਚੈਨਲ ਦਾ ਮਕਸਦ ਇਹੀ ਸੀਗਾ ਵੀ ਤੁਹਾਨੂੰ ਕਿਤੇ ਨਾ ਕਿਤੇ ਬੰਦੇ ਬਾਰੇ ਦੱਸਾਂ, ਜ਼ਰੂਰ ਪੜ੍ਹਿਓ ਆਪਦੀ ਜ਼ਿੰਦਗੀ ਦੇ ਵਿੱਚ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਸਕਿੰਟਾਂ 'ਚ ਕਹਿਤੀਆਂ, ਇਹਦੇ 'ਚ ਇਹਨੇ ਬਹੁਤ ਸੰਘਰਸ਼ ਕੀਤਾ ਨਾ, ਕਿੰਨੇ ਕੁ ਆਈਡੀਆ ਤੁਹਾਨੂੰ ਆਉਣਗੇ ਤੁਸੀਂ ਬਿਜ਼ਨਸ ਕਰਨਾ ਜ਼ਿੰਦਗੀ ਦੇ ਵਿੱਚ, ਬਹੁਤ ਕੁਛ ਸਿੱਖਣ ਨੂੰ ਮਿਲਣਾ ਤੁਸੀਂ ਇਸ ਬੰਦੇ ਤੋਂ ਨਾ। ਅਤੇ ਮੈਂ ਇਹਦੇ ਬਾਰੇ ਹੋਰ ਬੁੱਕਸ ਪੜ੍ਹੂੰਗਾ, ਕਿਉਂਕਿ ਮੇਰਾ ਇਹ ਛੋਟੀ ਬੁੱਕ ਸੀ ਜਾਂ ਇੰਟਰਨੈਟ ਸੀ, ਪਰ ਜਿਹੜੇ ਛੋਟੇ ਛੋਟੇ ਕਿੱਸੇ ਇਹਦੇ ਵਿੱਚ ਨੇ ਉਹਨਾਂ ਨੂੰ ਵੱਡੇ ਪੱਧਰ 'ਤੇ ਜਿਹੜਾ ਪੜ੍ਹੂੰਗਾ ਬਹੁਤ ਨਜ਼ਾਰਾ ਆਊਗਾ ਮੈਨੂੰ। ਇਹ ਤੋਂ ਬਾਅਦ ਮੈਂ ਸਟੈਲਨ ਬਾਰੇ ਪੜ੍ਹਨਾ, ਕਾਰਲ ਮਾਰਕਸ ਬਾਰੇ ਪੜ੍ਹਨਾ, ਕਿਉਂਕਿ ਦਿਲਚਸਪੀ ਬੰਦੇ ਦੀ ਵੱਧਦੀ ਆ। ਸੋ ਵੀਡੀਓ ਸੀਗੀ ਇਹੀ, ਦੱਸਿਓ ਕਿਵੇਂ ਲੱਗੀ, ਅਤੇ ਮਿਲਦੇ ਹਾਂ ਜੀ ਕਿਸੇ ਹੋਰ ਵੀਡੀਓ ਦੇ ਵਿੱਚ। ਗਲਤੀ ਹੋਈ ਮਾਫ ਕਰਿਓ, ਕਿਉਂਕਿ ਸਨ ਇੱਧਰ ਉੱਧਰ ਹੋ ਸਕਦੇ। ਮੇਰਾ ਮਕਸਦ ਸਨਾਂ 'ਤੇ ਜਾਂ ਇਸ ਵੀਆਂ 'ਤੇ ਨਹੀਂ ਫੋਕਸ ਕਰਨਾ ਸੀ, ਮੇਰਾ ਮਕਸਦ ਸੀਗਾ ਵੀ ਇੱਕ ਬੰਦੇ ਨੇ ਜੇ ਐਡਾ ਦੇਸ਼ ਬਣਾਇਆ ਤਾਂ ਬਹੁਤ ਕੁਛ ਸਿੱਖ ਸਕਦੇ ਹਾਂ ਉਹ ਤੋਂ। ਓਕੇ ਜੀ, ਬਾਏ, ਟੇਕ ਕੇਅਰ, ਸੀ ਯੂ ਫਿਰ ਕਿਸੇ ਵੀਡੀਓ 'ਚ।